मार दिया मेरे को। अरे सब लोग मेरे को कहते हैं मेरे साथ व्लॉग बनाओ, तो मैं सबको यही कहना चाहता हूँ मैंने अभी मुंह में डिम्पल डाला हुआ और मैं नहीं बोल सकता। मिर्ची डाल दिया था। ऐसी लग रही है सुबह। पानी फेंकता था ना, भागते भागते मेरा पैर मुड़ गया। ट्राई करना अंडे अंडे मारे। So, hey guys, welcome back to our channel. I hope to sare bo vadiya ho gaye. Hanji hanji, main bo vadiya. Tade pyar te tadi dua de naal. So, mere sajjan vyar, good morning. Bahut vadiya dhup de naal yaar, kya maza yaar. Ek garden hona hi chahida ghar de vich. Kya yaar fresh feel kar reha main. So, 11:30 ho gaye te apan uth chuke. So, jehde hage channel de vich nave, oh channel nu gallo subscribe te jehde hage hai mere sajjan vyare purane purane, oh kar do video like comment share te chalo chaliye andar. ਘਰ ਦਾ ਮਾਹੌਲ ਦੇਖੀਏ। ਫਿਲਹਾਲ ਸਭ ਤੋਂ ਪਹਿਲਾਂ ਸਾਡੇ ਸਭ ਦੇ ਚਾਹਣ ਵਾਲੇ ਮੁਕੇਸ਼ ਭਾਈ, ਮੁਕੇਸ਼ ਭਾਈ ਤੁਹਾਡੇ ਬਾਰੇ ਕਮੈਂਟ ਆਉਂਦੇ ਪਏ ਸੀ। ਮੁਕੇਸ਼ ਭਾਈ ਕੀ ਸਮਾਈਲ ਬਹੁਤ ਪਿਆਰੀ ਹੈ, ਮੁਕੇਸ਼ ਭਾਈ ਬਹੁਤ ਅੱਛੀ, ਤੁਹਾਨੂੰ ਵੀ ਥੈਂਕ ਯੂ ਭਾਈ। ਸੋ ਇੱਥੇ ਹੁਣ ਬਣਨ ਲੱਗਾ ਸਾਡਾ ਬ੍ਰੇਕਫਾਸਟ, ਆਲੂ ਦੇ ਪਰਾਂਠੇ। ਫਿਲਹਾਲ ਘਰ ਦੇ ਵਿਚ ਮੈਂ ਯਾਦੂ ਤੇ ਲੱਡੂ ਉੱਠੇ ਆ। ਅਰੇ ਭਈਆ ਗੁੱਡ ਮਾਰਨਿੰਗ। ਅਰੇ ਸਭ ਲੋਕ ਮੇਰੇ ਕੋ ਕਹਿੰਦੇ ਮੇਰੇ ਸਾਥ ਵਲੌਗ ਬਣਾਓ, ਤਾਂ ਮੈਂ ਸਭ ਕੋ ਯਹੀ ਕਹਿਣਾ ਚਾਹਤਾ ਹੂੰ ਮੈਨੇ ਅਭੀ ਮੂੰਹ ਮੇਂ ਡਿੰਪਲ ਡਾਲਾ ਹੂਆ ਔਰ ਮੈਂ ਨਹੀਂ ਬੋਲ ਸਕਤਾ। ਔਰ ਅਗਰ ਆਪ ਸੋਚ ਰਹੇ ਹੋ ਕਿ ਮੈਂ ਆਪ ਵੀ ਇਤਨਾ ਕੈਸੇ ਬੋਲ ਰਹਾ ਹੂੰ, ਇਹ ਮੇਰੇ ਭਈਆ ਬੋਲ ਰਹੇ ਹੈ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਭਈਆ। ਉੱਥੇ ਦੇਖੋ ਉਹ ਬ੍ਰੈਡ ਆ ਰਿਹਾ ਹੈ, ਮੈਨੇ ਉਸਕੋ ਥੋੜਾ ਸਾ ਬ੍ਰੈਡ ਦਿਆ ਹਾਫ, ਤੋ ਮੇਰੇ ਕੋ ਬੋਲਤਾ ਨਹੀਂ ਆਧਾ ਨਹੀਂ ਪੂਰਾ ਚਾਹੀਏ, ਪੂਰਾ ਲੈ ਕੇ ਬੈਠ। ਅੱਛਾ ਪਾਇਆ ਤਾਂ ਮੂੰਹ ਚ ਨਿਪਲ ਤੇ ਬ੍ਰੈਡ ਕਿਦਾਂ ਖਾਣਾ ਪਤਾ ਨਹੀਂ। ਸੋ ਯਾਦੂ ਆਪਣਾ ਬ੍ਰੇਕਫਾਸਟ ਕਰਦੀ ਪਈ, ਯਾਦੂ ਇਹ ਕੀ ਹੈ? ਚਲੋ ਮੈਂ ਮੁਕੇਸ਼ ਭਾਈ ਨੇ ਮੇਰੇ ਲਈ ਬਣਾਏ ਵੜੇ, ਓਕੇ, ਜੋ ਮੈਨੂੰ ਬੜੇ ਪਸੰਦ ਹੈ, ਓਕੇ, ਤੋ ਮੈਂ ਵੜੇ ਕੇ ਸਾਥ ਬ੍ਰੈਡ ਖਾ ਰਹੀ ਹੂੰ ਜੋ ਬਹੁਤ ਟੇਸਟੀ ਲਗਤੇ ਹੈ। ਔਰ ਆਜ ਮੁਕੇਸ਼ ਭਾਈ ਨੇ ਮਿਰਚੀ ਡਾਲ ਦੀ ਜ਼ਿਆਦਾ। ਓਕੇ ਸੋ ਗਾਈਸ, ਅੰਸ਼ੂ ਗਿਆ ਹੋਇਆ ਲੱਡੂ ਜੀ ਨੂੰ ਉਠਾਉਣ ਤੇ ਮੈਂ ਤੇ ਯਾਦੂ ਤੇ ਲੱਡੂ ਹੀ ਉੱਠੇ ਆ, ਬਾਕੀ ਸੋਨਾ ਤੇ ਮੰਮੀ ਹਜੇ ਤੱਕ ਸੁੱਤੇ ਹੋਏ ਆ ਕਿਉਂਕਿ ਮੰਮੀ ਦੀ ਸਿਹਤ ਨਹੀਂ ਠੀਕ। ਸੋ ਓ ਓਏ ਓਏ, ਮੈਨੂੰ ਕੋਈ ਲੱਭਾ ਇੱਥੇ, ਗੁੱਡ ਮਾਰਨਿੰਗ। ਓਏ ਤੂੰ ਕੈਸੇ ਛੁਪੇਗੀ ਮੇਰੇ ਸੇ, ਗੁੱਡ ਮਾਰਨਿੰਗ। ਤੂੰ ਉੱਠ ਗਈ, ਕੈਸੀ ਲੱਗ ਰਹੀ ਹੈ ਸੁਬਹ? ਅੱਛੀ ਹੈ। ਪੈਰ ਦੁੱਖ ਰਿਹਾ ਤੇਰੇ? ਦੁੱਖ ਨਹੀਂ ਰਿਹਾ, ਪੈਰ ਇੱਕ ਪੈਰ ਦੁੱਖ ਰਿਹਾ ਹੈ। ਇੱਕ ਪੈਰ ਦੁੱਖ ਰਿਹਾ ਕਿਉਂ? ਅੱਛਾ ਮੇਰੀ ਗੱਲ ਸੁਣ, ਪੈਰ ਤਾਂ ਤੇਰੇ ਇੱਦਾਂ ਦੁੱਖਣ ਦੇ ਜਿੱਦਾਂ ਤੂੰ ਪਤਾ ਨਹੀਂ ਕਿੰਨੀ ਦੌੜ ਲਾਈ ਹੁੰਦੀ। ਆਪਕੀ ਵਜ੍ਹਾ ਸੇ ਜੋ ਆਪਨੇ ਪਾਣੀ ਫੇਂਕਾ ਤਾ ਨਾ, ਭਾਗਤੇ ਭਾਗਤੇ ਮੇਰਾ ਪੈਰ ਮੁੜ ਗਿਆ ਥਾ। ਮੈਨੇ ਪਾਣੀ ਕਾ ਫੇਂਕਾ? ਮੇਰੀ ਗੱਲ ਸੁਣ, ਪ੍ਰੈਂਕ ਕਰਨਾ ਅੰਚੂ ਤੇ ਕੀ ਪ੍ਰੈਂਕ ਕਰਨਾ? ਮੁਕੇਸ਼ ਭਾਈ ਅੰਦਰੋਂ ਪਲੈਨਿੰਗ ਦਿੰਦੇ ਪਏ। ਅੰਚੂ ਤੇ ਸੱਟਣਾ ਮਣੀ, ਪਰ ਤੇਰੇ ਕੋ ਬਾਲਟੀ ਨਹੀਂ ਚੁਕਾਉਣੀ। ਫੇਰ ਸਮਥਿੰਗ ਐਲਸ, ਪੂਰਾ ਫਤੀ ਦਿਮਾਗ ਚੱਲ ਰਿਹਾ ਤੇਰਾ। ਅੰਡੇ ਅੰਡੇ ਮਾਰੇ? ਅੰਡੇ ਸਸਤੇ ਪ੍ਰੈਂਕ ਹੀ ਕਰੀਏ, ਅੱਗੇ ਅੱਗੇ ਸੇ ਉਸਨੇ ਮਾਰ ਦਿਆ, ਫਿਰ ਕਿਆ ਕਰੇਗੀ? ਮੈਂ ਬਤਾਊਂ ਤੂੰ ਕਿਆ ਹੋ ਗਿਆ, ਹੈਡ ਵਾਸ਼ ਕਰ ਲੋ ਕਿ ਅੰਡੋ ਸੇ ਬਾਲ ਔਰ ਸਮੂਦ ਹੋ ਜਾਏਗੇ ਮੇਰੇ। ਵੈਸੇ ਵੀ ਲੋਕ ਪੁੱਛਦੇ ਹੈ ਲੰਬੇ ਵਾਲੋ ਕਾ ਰਾਜ਼ ਕਿਆ, ਮੇਰੀ ਅੱਖ ਤਾਂ ਖੁੱਲ ਨਹੀਂ ਰਹੀ। ਲੰਬੇ ਵਾਲੋ ਕਾ ਰਾਜ਼ ਵੀ ਬਤਾ। ਵੈਸੇ ਇਹਦੀ ਕੋਈ ਹੇਅਰ ਰੂਟੀਨ ਨਹੀਂ ਹੈਗੀ, ਪਹਿਲਾਂ ਸੀਗੀ, ਪਹਿਲਾਂ ਬਹੁਤ ਕੇਅਰ ਕਰਦੀ ਸੀਗੀ, ਉਨੀ ਕੇਅਰ ਕੂਅਰ ਕਰਦੀ ਵਾਲਾਂ ਦੀ? ਪਹਿਲਾਂ ਇੰਨੇ ਬੰਸ ਬੰਨੇ ਪ੍ਰੋਡਕਟ ਲੈ ਕੇ ਆਣੇ, ਵਾਲਾਂ ਤੇ ਅਪਲਾਏ, ਮੂੰਹ ਤੇ ਅਪਲਾਏ। ਵਾਲੋ ਕੇ ਪ੍ਰੋਡਕਟ ਮੂੰਹ ਪੇ ਕਿਉਂ? ਕੌਣ ਅਪਲਾਈ? ਮਤਲਬ ਮੂੰਹ ਵਾਲੇ ਵੀ ਹੁੰਦੇ ਸੀਗੇ ਤੇਰੇ ਕੋ? ਫਿਲਹਾਲ ਮੈਂ ਡੇਲੀ ਵਲੌਗ ਤਾਂ ਸ਼ੂਟ ਕਰ ਰਿਹਾ ਸੀ, ਡੇਲੀ ਰੂਟੀਨ ਦੇ ਵਿੱਚ ਵੀ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੀ ਲਾਈਫ ਦੇ ਵਿੱਚ ਹੁੰਦਾ ਕੀ ਹੈ। ਬਾਕੀ ਨੀਚੇ ਦਿੱਤੇ ਹੋਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਇੱਥੇ ਸਾਡੇ ਡੇਲੀ ਰੂਟੀਨ ਦੇ ਵਲੌਗਸ ਆਉਂਦੇ ਆ ਜੋ ਕਿ ਮੰਮੀ ਦੇ ਚੈਨਲ ਤੇ ਆਉਂਦੇ। ਜਿਸ ਨੂੰ ਹੈਂਡਲ ਕਰ ਰਹੇ ਇਸ ਟਾਈਮ ਦੇਵਰਾਨੀ ਔਰ ਜੇਠਾਨੀ, ਜਿਹਨਾਂ ਨੇ ਆਪਣਾ ਚੈਨਲ ਵੀ ਬਣਾਇਆ, ਉਹ ਤਾਂ ਹਜੇ ਤੱਕ ਕੋਈ ਵੀਡੀਓ ਨਹੀਂ ਪਾਈ, ਬਸ ਚੈਨਲ ਬਣਾਉਣ ਦੇ ਸ਼ੌਕੀਨ ਆ, ਕੰਮ ਕਰਨ ਦੇ ਨਹੀਂ ਹੈਗੇ। ਸੋ ਕੋਈ ਨਹੀਂ, ਆਪ ਸਬਸਕ੍ਰਾਈਬ ਕਰ ਲਓ ਜੋ ਆਪਾਂ ਮਾਰੇ।
100 सब्सक्राइबर्स हो जाएंगे ना, हम एक वीडियो डाल देंगे। 100 ऐसे होंगे, थोड़ा बढ़ो तो सही, आगे तो बढ़ो। 200 सब्सक्राइबर्स कर दो। सो जा फिर से, जाके तेरे को नींद आ रही। तो 200 ही बहुत होते हैं, एक एक से, एक एक सब्सक्राइबर से ही सब कुछ बनता है समझ लगी। लालची इंसान। इसमें लालच क्या किया मैंने? कि ज्यादा बोल, ज्यादा बोल। मैंने कब बोला ज्यादा बोल? मैंने तो एक बार भी नहीं बोला भाई। So guys, चैनल बाकी मम्मी का चैनल मेंशन एक बारी मैं फिर कर रहा, जाके सब्सक्राइब कर लो क्योंकि डेली रूटीन दे व्लॉग्स इत्थे ही आंदे सारे। ते बाकी हुण ये वीडियो कदों आनी कदों नहीं मैनूं नहीं, कमेंट रीड दे वी व्लॉग बनाने ते जे तू प्रैंक बनाना मैं तेरे नाल आ। पक्का करना? अंशु दे करना वा कि मेरे ते करना वा? ਮੈਨੂੰ ਦੱਸ ਦੇ ਭਰਾਵਾ ਪਹਿਲੇ। ਦੇਖਤੇ ਦੇਖਤੇ ਕਿਆ ਪਤਾ ਪੰਚੂ ਕਾ ਪ੍ਰੈਂਕ ਸੋਚ ਕੇ ਬੈਠੇ ਹੋ ਆਪ ਪੇ ਹੋ ਜਾਏ। ਅੱਛਾ ਮੇਰੀ ਬਾਤ ਸੁਣ, ਕਿਉਂਕਿ ਲੈ ਕੇ ਤਾਂ ਆਪ ਹੀ ਆਏ ਤੇ ਨਾ ਮੇਰੇ। ਬਾਤ ਸੁਣ ਲੈ ਮੇਰੀ, ਮੇਰੇ ਪੇ ਪ੍ਰੈਂਕ ਹੋ ਗਿਆ ਨਾ, ਤੇਰੇ ਪੇ ਲਗਾਤਾਰ ਪ੍ਰੈਂਕ ਹੋਣਗੇ, ਫਿਰ ਸਮੇਂ ਲੱਗੀ। ਹਾਂ ਉਹ ਸੋਫਾ ਫਾੜ ਦਿਆ ਨਾ ਤੂੰ ਨੇ, ਬੁਲਾ ਰਹੀ ਦੀਦੀ ਯਾਦੀ ਹੋ ਗਈ, ਔਰ ਦੀਦੀ ਕਿਸਨੇ ਕਹਿੰਦਾ ਮੈਨੇ। ਸੋ ਗਾਈਜ਼ ਫਿਲਹਾਲ ਸਭ ਜਣੇ ਉੱਠ ਚੁੱਕੇ ਨੇ ਤੇ ਬਹੁਤ ਪਿਆਰੀ ਗੁੱਡ ਮਾਰਨਿੰਗ ਹੋ ਚੁੱਕੀ ਹੈ। ਅੱਜ ਨਾ ਬਹੁਤ ਜ਼ਿਆਦਾ ਫਰੈਸ਼ ਫੀਲ ਕਰ ਰਿਹਾ ਕਿਉਂਕਿ ਕੱਲ ਮੈਂ ਟਾਈਮ ਸਿਰ ਸੌ ਗਿਆ ਸੀਗਾ ਰਾਤੀ, ਤੇ ਹੁਣ ਮਤਲਬ ਸਰੀਰ ਵੀ ਐਕਟਿਵ ਹੈ ਕਾਫੀ। ਭਾਜੀ ਮੈਨੂੰ ਯਾਦ ਆਇਆ, ਸਾਰੇ ਜਣਿਆਂ ਨੇ ਕਮੈਂਟਾਂ ਦੇ ਵਿੱਚ ਯੈਸ ਕਿਹਾ ਸੀਗਾ। ਉੱਪਰ ਫਿਰ ਬਣਾ ਦਈਏ ਕਮਰਾ। ਸੋ ਗਾਈਜ਼ ਹੁਣ ਬਾਕੀ ਅੱਜ ਹੈਗਾ ਸੰਡੇ, ਸੰਡੇ ਮਤਲਬ ਫਨ ਡੇ, ਤੇ ਅੱਜ ਆਪਾਂ ਪੂਰਾ ਦਿਨ ਫਨ ਕਰਾਂਗੇ ਤੇ ਤੁਹਾਨੂੰ ਜਿੰਨੇ ਵੀ ਵਲੌਗ ਆਣਗੇ ਸਾਰੇ ਦਿਖਾਵਾਂਗੇ। ਫਿਲਹਾਲ ਇੱਕ ਵਾਰੀ ਫੇਰ ਜਿਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲੋ ਚਲੀਏ ਅੰਦਰ। ਸੋ ਗਾਈਜ਼ ਇੱਥੇ ਮੇਰਾ ਬ੍ਰੇਕਫਾਸਟ ਆ ਚੁੱਕਾ ਤੇ ਲੱਡੂ ਇੱਥੇ ਦੇਖਦਾ ਪਿਆ ਟੌਮ ਐਂਡ ਜੈਰੀ, ਤੇ ਹੁਣ ਮੈਂ ਫਟਾਫਟ ਆਪਣਾ ਖਾਣਾ ਪਾਣੀ ਕਰਾਂ ਦੱਸਦਾ। ਉਸ ਤੋਂ ਬਾਅਦ ਅੰਸ਼ ਵੀ ਆਉਣ ਲੱਗਾ ਵਾ, ਸੋਨਾ ਦੇ ਨਾ ਪੈਰ ਦੇ ਵਿੱਚ ਮਤਲਬ ਕੱਲ ਕਹਿੰਦੀ ਵੀ ਸੀ ਕਿ ਮੈਂ ਜਦੋਂ ਭੱਜੀ ਨੇ ਉਹਦੇ ਮੋਚ ਆ ਗਈ, ਪਤਾ ਨਹੀਂ ਉਹਦਾ ਪੈਰ ਮੋੜ ਗਿਆ ਕੀ ਹੋ ਗਿਆ, ਤੇ ਅੰਸ਼ ਨੂੰ ਮੈਂ ਕਿਹਾ ਗਰਮ ਪੱਟੀ ਲੈ ਆਏ, ਤੇ ਜਦੋਂ ਉਹ ਆਉਂਦਾ ਵਾ ਫਿਰ ਤੁਹਾਨੂੰ ਮਿਲਦਾ। ਸੋ ਗਾਈਜ਼ ਇੱਥੇ ਲੱਡੂ ਅੰਦਰ ਆ ਚੁੱਕਾ ਵਾ, ਮੰਮੀ ਗੁੱਡ ਮਾਰਨਿੰਗ, ਮੰਮੀ ਵੀ ਉੱਠ ਚੁੱਕੇ ਨੇ ਹੁਣ। ਆ ਜਾ ਮੰਮਾ, ਕੱਪੜੇ ਚੇਂਜ ਕਰਵਾਣੇ ਇਸ ਕੇ ਲੱਡੂ ਪਿਛ ਕਿੱਥੇ ਆ? ਮੰਮੀ ਕੋ ਹੱਪ ਕਾ ਮੰਮਾ ਨੂੰ ਪਿਛ ਦੋ, ਮਾਰ ਦੇ, ਮਾਰ ਮਾਰ ਦੂੰਗਾ, ਮੇਰਾ ਨਿੱਪਲ ਮੈਂ ਕੋ ਦੇ ਦੋ, ਮੈਂ ਮਾਰ ਦੂੰਗਾ। ਹਾਂ ਅਬੇ ਤੇਰੀ ਅਜੇ ਕਿਤੇ ਮੰਮੀ ਤੂੰ ਵੱਡਾ ਹੋ ਗਿਆ ਨਾ, ਨਹੀਂ ਡਿਊਗੀ ਨਾ, ਨਹੀਂ ਮੈਂ ਆਪਕਾ ਬੱਚਾ। ਹਾਂ ਬਸ ਲੈ ਦੇ ਮੇਰੇ ਕੋ, ਮੈਂ ਖੁਸ਼ ਹਾਂ, ਆਈ ਲਵ ਯੂ ਮੰਮਾ। ਸੋ ਗਾਇਸ ਇੱਥੇ ਹੁਣ ਸਾਰੀ ਫੈਮਿਲੀ ਸਾਡੀ ਉੱਠ ਚੁੱਕੀ ਹੈ। ਮੰਮੀ ਤੁਸੀਂ ਬ੍ਰੇਕਫਾਸਟ ਕੀ ਕਰੋਗੇ? ਪਾਣੀ ਦਿਓ ਬਣਾ ਕਰ। ਓਕੇ ਪਾਣੀ ਮੁਕੇਸ਼ ਭਾਈ, ਪਾਣੀ ਦੋ ਯਾਰ ਮੰਮੀ ਨੂੰ, ਮੰਮੀ ਉੱਠ ਗਏ। ਕਿਆ ਬਾਤ ਹੈ ਯਾਰ ਮੁਕੇਸ਼ ਭਾਈ, ਪ੍ਰੋਪਰ ਟਾਈਮ ਟੂ ਟਾਈਮ। ਕਹਿੰਦੇ ਮੈਨੂੰ ਐਕਟਿਵਾ ਦੀ ਆਵਾਜ਼ ਆਈ ਹੈ। ਓ ਮਾਈ ਗਾਡ, ਓਏ ਅਡੀ, ਅਰੇ ਭਈਆ ਕਿੱਸੇ ਹੋ, ਅਰੇ ਬਬਲੂ ਆ ਗਿਆ, ਡੋ ਟੱਡੋ ਆ ਬੈ ਹੁ ਕੁੱਤਾ, ਡੱਡੋ ਕੁੱਤਾ, ਡੱਡੋ ਕੁੱਤਾ। ਓ ਕੀ ਹਾਲ ਹੈ ਯਾਰ ਬਬਲੂ? ਠੀਕ ਹੈ, ਵਧੀਆ ਵਧੀਆ। ਅਰੇ ਡੱਡੋ ਮੈਂ ਤੇਰੇ ਕੋ ਕਾਟ ਦੂੰਗਾ, ਅਰੇ ਮੇਰੇ ਕੋ ਨਾ, ਉਹ
ਬਰੋ ਆਪਕੀ ਗਰਮ ਬੱਟੀ ਆ ਗਈ, ਇਸਕੋ ਅਭੀ ਪੈਰ ਪੇ ਬਾਂਧ ਲੈਣਾ। ਦੇਖੀ ਥੀ ਉਸਨੇ, ਉਹ ਦੇਖੀ ਥੀ ਬਾਈ, ਉਹ ਦੇਖੀ ਥੀ ਬਾਈ ਮੇਰੇ ਸਾਥ। ਮੰਮੀ ਦੇ ਕਮੈਂਟ ਪੜਨੇ ਆਪਣੇ ਘਰ ਲਿਆ ਬਰੋ, ਤੇ ਇੱਥੇ ਤਿਆਰ ਬਰ ਤਿਆਰ। ਓ ਮਾਈ ਗਾਡ, ਟੂ ਮੱਚ ਖਿਲਾਰਾ। ਐਕਸਕਿਊਜ਼ ਮੀ ਬ੍ਰਦਰ, ਵਾਈ ਖਿਲਾਰਾ ਯਾਦੂ? ਕਲੀਨਿੰਗ ਬ੍ਰਦਰ। ਉਹ ਗਏ ਮੰਮੀ, ਤੁਸੀਂ ਕੀ ਕਰਦੇ ਪਏ ਹੋ? ਗ੍ਰੀਨ ਟੀ ਓਦਾਂ ਪਈ ਹੈ, ਕੱਪੜੇ ਕੋਈ ਇੱਧਰ ਖਿਲਾਰਾ ਉੱਧਰ ਖਿਲਾਰਾ, ਕੰਬਲ ਤਿਆ ਨੀ। ਪਰੇਸ਼ਾਨ ਹੋ ਗਿਆ ਮੈਂ ਔਰਤਾਂ ਕੋ, ਠੀਕ ਹੈ ਗਾਈਜ਼, ਮੈਂ ਕਰ ਦਿੰਦਾ। ਸੋ ਗਾਈਜ਼, ਸਭ ਤੋਂ ਪਹਿਲਾਂ ਮੈਂ ਇਹ ਮੰਜਾ ਸਮੇਟਾ, ਦੈਨ ਉਸ ਤੋਂ ਬਾਅਦ ਮੈਂ ਇਹ ਸਾਫ਼ ਕਰਦਾ। ਬਸ ਕਰਤਾ ਨਾ ਸਾਫ਼। ਅੱਛਾ ਠੀਕ ਹੈ, ਬੈਡ ਆਪਣੇ ਕੀ ਆਣੇ, ਤਾਂ ਬੈਡ ਸਾਫ਼ ਕਰ ਦੋ ਨਾ। ਹੈਂ, ਕੀ ਮਤਲਬ? ਠੀਕ ਠੀਕ ਆ, ਹੁਣ ਤੁਸੀਂ ਕਿਹਾ ਮੈਂ ਤਾਂ ਹੀ ਚੱਕ ਕੇ ਰੱਖਿਆ, ਇਹ ਵਾਲਾ ਥੋੜਾ ਕਰਾਂਗਾ ਮੈਂ, ਆਪੇ ਕਰੋ। ਕਦੇ ਮੈਂ ਬੱਚਾ, ਤੇ ਸਮਾਰਾ ਸਮਾਨ ਚੱਕੋਣਾ, ਹਰੇ ਕੰਮ ਇਕੋ ਕਰਾਉਂਦੇ ਹੋ। ਇਹਦੇ ਵਿੱਚ ਮੰਮੀ ਕੰਮ ਕੀ, ਟੈਚੂ ਨਵੇ ਪਏ ਤੇ ਖੋਲ ਲੈ, ਠੀਕ ਹੈ? ਬਸ ਚਲੋ, ਹੁਣ ਯਾਦੂ ਲੇਟ ਗਿਆ, ਮੈਂ ਨੀ ਕਰਨੀ ਸਫਾਈ, ਮੈਂ ਨੀ ਕਰਨਾ ਕੁਛ ਵੀ। ਹਾਂ ਤੂੰ ਜੀਬਾ ਚੰਗਾ। ਸੋ ਗਾਈਜ਼, ਮੰਮੀ ਦੀ ਵੀਡੀਓ ਬਣ ਚੁੱਕੀ ਹੈ, ਤੇ ਹੁਣ ਮੰਮੀ ਬਣੇ ਹੋਏ ਆ ਇਸ ਟਾਈਮ ਕੰਮ ਵਾਲੀ ਬਾਈ, ਤੇ ਮੁਕੇਸ਼ ਭਾਈ ਤੇ ਅੰਸ਼ੂ ਗਏ ਹੋਏ ਆ ਇਸ ਟਾਈਮ ਲੱਡੂ ਨੂੰ ਛੱਡ, ਤੇ ਜੋਨੀ ਭਾਜੀ ਅੱਜ ਆਏ ਨੀ। ਤੇ ਫਿਲਹਾਲ ਇਸ ਵੀਡੀਓ ਨੂੰ ਮੈਂ ਕਰਦਾ ਇੱਥੇ ਐਂਡ, ਕਿਉਂਕਿ ਵਲੌਗ ਹਜੇ ਦੋ ਹੋਰ ਬਣਾਉਣੇ, ਇਸ ਕਰਕੇ ਮਿਲਦੇ ਤਾਂ ਨੈਕਸਟ ਵੀਡੀਓ ਦੇ ਵਿੱਚ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਛੋਟੀ ਵੀਡੀਓ ਵਧੀਆ ਲੱਗੀ ਹੋਏਗੀ, ਤੇ ਪ੍ਰੈਂਕ ਦੀ ਪ੍ਰੋਪਰ ਪ੍ਰੀ ਪਲੈਨਿੰਗ ਹੋ ਚੁੱਕੀ ਹੈ, ਤੇ ਹੁਣ ਪ੍ਰੈਂਕ ਸੋ ਨਾ, ਪ੍ਰੈਂਕ ਕਦੋਂ ਆਣਾ ਵਾ? ਕੱਲ ਸਵੇਰੇ 11 ਵਜੇ ਕਰਨਾ ਕਿਤੇ ਅੰਸੂ। ਓਕੇ, ਸੋ ਗਾਈਜ਼ ਤਿਆਰ ਬਰ ਤਿਆਰ, ਰੈਡੀ ਰਹੋ, ਬੈਲ ਆਇਕਨ ਦਬਾ ਲਓ ਚੈਨਲ ਦੀ, ਜਿੰਨਾ ਮੇਰੀ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ। ਬਾਏ ਬਾਏ, ਟੇਕ ਕੇਅਰ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਲੋ ਨਏ ਹੋ ਤੋ ਸਬਸਕ੍ਰਾਈਬ ਕਰੋ, ਉਹ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋ ਕੇ ਪੀਛੇ ਭਾਗਨਾ ਹੈ। ਬਾਏ।